ਕਸਵਾਲ ਸਾਡੇ ਭਾਈ ਸਾਊਂਡ ਆਪਰੇਟਰ ਤੈਮੂਰ ਬਰਸਾਲਵੀ ਸਾਹਿਬ ਚੌਧਰੀ ਆਰਸ ਸਾਹਿਬ ਅਤੇ ਸਾਡਾ ਨਿੱਕਾ ਭਰਾ ਕੈਮਰੇਟਰ ਨਾਮ ਹੀ ਗੰਦੀ ਕਿਸ਼ਤਾ ਯਾਦ ਕਰਾਈ ਸਕਦੇ ਹਾਂ। ਇਹ ਜਿਹੜਾ ਸ਼ੇਰ ਮੈਂ ਪੜ੍ਹਨਾ ਆ ਡਿੱਗ ਖੂਹ ਜਗ੍ਹਾ ਲੱਗਣਾ ਆ ਅਬਦੁਲ ਖਾਲਕ ਕੁੰਮੀ ਸਰਕਾਰ ਨੇ ਲਿਖਿਆ ਆ ਅੱਲਾਹ ਤਾਲਾ ਉਹਨਾਂ ਨੇ ਬਸਰਤ ਫਰਮਾਨ ਜਿਹਨਾਂ ਨੰਦ ਲੈ ਲਾਕਾ ਸਗਰਾਣਾ ਖਾਲਸਾ ਕਿਉਂਕਿ ਨਾ ਆਪਣੇ ਬੋਲ ਵੀ ਇਸ ਤਰ੍ਹਾਂ ਨੇ ਪੈਰ ਫਾਦਰ ਜੀ ਅਤੇ ਨਾਲ ਸ਼ੇਰ ਵੀ ਮਾੜਾ ਆਪਣਾ ਪਸੰਦੀਦਾ ਇਹ ਉਹ ਗੱਲ ਹੈ ਜਿਹੜੀ ਯਾਰ ਜਣੇ ਖਣੇ 'ਚ ਨਹੀਂ ਹੋਣੀ ਜਿਹੜਾ ਇਸਦਾ ਪਹਿਲਾ ਲਫ਼ਜ਼ ਆ ਬਾਰ ਦਫ਼ਾ ਤੰਗਿਆ ਹੋਵੇ ਭਾਈ ਨਦੀਮ ਵੀ ਬੰਦਾ ਗਰੀਬ ਹੋਵੇ ਨਾ ਯਕਦਮ ਉਹ ਅਮੀਰ ਹੋਈ ਕਿੱਥੇ ਨਾ ਤੂੰ ਫਿਰ ਸੰਭਾਲਣਾ ਥੋੜ੍ਹਾ ਜਿਹਾ ਕੰਮ ਔਖਾ ਹੋਈ ਜਾਣਾ ਆ ਜਿਸਲੇ ਰੱਬ ਇੱਜ਼ਤ ਦੇਣਾ ਆ ਨਾ ਇਹ ਕੋਈ ਪਤਾ ਨਹੀਂ ਕਿਸਨੇ ਤੋਂ ਫੈਲ ਦੇਣਾ ਆ ਉਹ ਇੱਜ਼ਤ ਤਾਂ ਲੱਭੀ ਜਾਣੀ ਪਰ ਉਸਦੀ ਸੰਭਾਲਣਾ ਜਿਹੜਾ ਨਾ ਉਹ ਸਾਰਿਆਂ ਨੂੰ ਮੁਸ਼ਕਿਲ ਕੰਮ ਹੈ ਔਖਾ ਕੰਮ ਹੈ ਇਸ ਵਾਸਤੇ ਉਹ ਸਿਆਣੇ ਵਾਲੇ ਹੋਣੇ ਕਿ ਰੱਬ ਇੱਜ਼ਤ ਦਿੱਤੀ ਰੱਬ ਰਿਜ਼ਕ ਦਿੱਤਾ ਆ ਤਾਂ ਬੰਦੇ ਕੀ ਮਿੱਟੀ ਤਾਂ ਰਹਿਣਾ ਚਾਹੀਦਾ ਆ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ। ਪਿਛਲਿਆਂ ਦਿਹਾੜਿਆਂ 'ਚ ਇੱਕ ਬੜਾ ਸੰਗੀਤ ਆ ਇਸੇ ਤਰ੍ਹਾਂ ਸਾਰੇ ਉਹਨਾਂ ਕਲਾਸ ਫੈਲੋ ਇਕੱਠੇ ਕੀਤੇ ਤਾਂ ਜਿਸਨੇ 'ਚ ਵੀ ਉਹਦਾ ਕਿਹਾ ਜੀ ਤੁਸੀਂ ਵੀ ਲਾਜ਼ਮੀ ਆਸੋ ਉੱਥੇ ਬੈਠੇ ਆ ਤਾਂ ਉਹ ਜਿਹੜਾ ਮਾੜੇ ਨਾਲ ਪੜ੍ਹਨਾ ਸਾਹਿਬ ਤੁਹਾਨੂੰ ਗ੍ਰਾਮ ਮਾੜੇ ਸੂ ਹੱਸਣਾ ਸਾਹਿਬ ਪੈਦਲ ਮਾੜੇ ਨਾਲ ਮੀ ਆਸਲਾ ਚੌਧਰੀ ਯਾਦ ਹੀ ਨੂੰ ਸਾਈਕਲਾਂ ਰਾਰ ਕਲਾਈਆਂ ਸੁਣ ਤਾਂ ਹੁਣ ਲਫ਼ਜ਼ ਇੱਕ ਮੈਂ ਐਸਾ ਆ ਗਿਆ ਜਿਹੜਾ ਸਟੇਜ 'ਤੇ ਆਪਣਾ ਬਾਣਾ ਮੈਂ ਆ ਗਿਆ ਉਹ ਸਾਡੇ ਕੋਲ ਤੇਈ ਕੋ ਨਹੀਂ ਜੀ ਪੈਦਲ ਲੱਤਾਂ ਦੋਏ ਤਰੁਣੇ ਰਹੇ ਤੂੰ 4 ਕਿਲੋਮੀਟਰ ਜਾਣੇ ਸਾਂ ਤਾਂ ਮੁੜੀ ਦੱਸਣੇ ਵੀ ਸਾਂ ਗੱਡੀਆਂ ਰੱਬ ਹੁਣ ਦਿੱਤੀਆਂ ਹੀ ਆ ਨਾ ਅਤੇ ਇਸ ਵਾਸਤੇ ਗੱਲ ਬਾਣੇ ਦਾ ਮਕਸਦ ਇਹ ਆ ਕਿ ਬੰਦੇ ਕੀ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਇਹ ਦੇਣ ਉਸ ਲਈ ਹੈ ਗੁਰਬਤ ਵੀ ਉਸੇ ਨੇ ਹੁਕਮ ਨਾਲ ਅੰਬੀਰੀ ਵੀ ਉਸੇ ਨੇ ਤਾਂ ਫਿਰ ਮਾਮਲਾ ਹੀ ਖਤਮ ਹੋਈ ਜਾਣਾ ਹੈ ਬਿਸਮਿਲਾ ਕਰਾਂ ਓ ਮੇਰੇ ਸੋਹਣਿਆ ਤੇਰੀ ਅਜ਼ੀ ਮੌਲਾ ਮਨਜ਼ੂਰ ਕਰਸੀ ਮਨਜ਼ੂਰ ਕਰਸੀ ਤੇ ਅੱਲਾ ਪਾਕ ਦਾ ਹਿਸਾਬ ਚ ਤਾਰਿਆ ਕਰਵੇ ਸਾਰੇ ਭਾਈ ਸਪਾਰਸ ਤੇ ਨਾਲੇ ਸਾਰੀ ਰਸੂਲ ਦਿਆਦ ਅੱਗੇ We'll be right back.
ਉਹ ਨਿਤ ਸੁਬਾ ਦੀ ਸੋਹਣਿਆ ਨਮਾਜ਼ ਪੜ੍ਹ ਕੇ ਵਾਜ਼ਾ ਉਮਰ ਸਦੀਕ ਨੂੰ ਮਾਨਿਆ ਕਰ ਮੁਹੰਮਦ ਮੁਹੰਮਦ ਪੁਕਾਰਿਆ ਕਰਵੇ ਕਹਿੰਦਾ ਕੁਲੀ ਮਦੀਨੇ ਵੱਲ ਮੂੰਹ ਕਰਕੇ ਯਾ ਮੁਹੰਮਦ ਮੁਹੰਮਦ ਪੁਕਾਰਿਆ ਕਰ ਜ਼ੁਲਫਾ ਛੱਲੇ ਵ ਛੱਲੇ ਉਹ ਸਾਰਾ ਜੱਗ ਸੋਨਾ ਥੱਲੇ ਉਹ ਸਾਰਾ ਜੱਗ ਸੋਨਾ ਓਏ ਮੇਰੇ ਅਰਬ ਤੂੰ ਥੱਲੇ ਵੱਥੱਲੇ ਸਾਰਾ ਜੱਗ ਸੋਨਾ ਏ ਮੇਰੇ ਅਰਬੀ ਤੂੰ ਥੱਲੇ ਵੋ ਥੱਲੇ ਅਤੇ ਇਹਨਾਂ ਸਾਰਿਆਂ ਸਾਥੀਆਂ ਦੀ ਮੁਹੱਬਤ ਨਾਲ ਦੋ ਚਾਰ ਬੋਲ ਭਾਈ ਰਫਾਕਤ ਸਾਹਿਬ ਨੇ ਫਿਰ ਖਸੂਸ ਰਫਾਕਤ ਉਰਫ ਕੋਲਾ ਤਾਂ ਆਵਾਜ਼ ਆਈ ਉਹ ਕਿਸ ਤਰ੍ਹਾਂ ਬਿਸਮਿਲਾ ਕਰਾਂ ਉਹ ਕੋ ਤਾਂਗ ਮਦੀਨੇ ਨੂੰ ਚਾਵਣ ਦੀ ਕੋ ਤਾਂਗ ਮਦੀਨੇ ਚਾਵਣ ਦੀ ਵਾ ਕੋਈ ਦਿਲ ਦੀ ਅਸਰਤ ਹੋ ਨਹੀਂ ਉੜ ਸੋਹਣਿਆ ਤੇਰੀ ਮਰਜ਼ੀ ਏ ਉੜ ਸੋਹਣਿਆ ਤੇਰੀ ਮਰਜ਼ੀ ਏ ਮੇਰਾ ਤੇ ਕੋਈ ਹੋ ਨਹੀਂ ਕੋਈ ਕੋ ਤਾਂਗ
ਮੁਹੰਮਦ ਇਰਫਾਨ ਮੰਡੀ ਬਵਲਦੀਪ ਸਿੰਘ ਮਾਸਟਰ ਜਿਆ ਸਾਹਿਬ ਬੜਾ ਹੀ ਕਾਬਲੇ ਗੌਰ ਜਿਹਾ ਬੋਲ ਆ ਸਰਕਾਰ ਨਾਲ ਪੈਰ ਫਾਕਰ ਜੀ ਤੇਰੀ ਖਬਰ ਤੇ ਆ ਕੇ ਆਇਆ ਫਿਰ ਤੇਰੀ ਦੁਨੀਆ ਬਾਲ ਵੋ ਤੱਕ ਦੀਵੇ ਹਸਰਤ ਹੋਰ ਨਹੀਂ ਹੋ